ਦਸਾਂ ਪਾਤਸ਼ਾਹੀਆਂ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਤੀ ਜੋਤ ਹਾਜ਼ਰਾ ਹਜ਼ੂਰ ਜ਼ਾਹਿਰਾ ਜ਼ਹੂਰ ਕਲਯੁਗ ਕੇ ਬੋਹਿਤ ਨਾਮ ਕੇ ਜਹਾਜ਼ ਹਲਤ ਪਲਤ ਕੇ ਰਖਿਅਤ ਲੋਕ ਪ੍ਰਲੋਕ ਕੇ ਸਹਾਇਕ ਪ੍ਰਤੱਖ ਪ੍ਰਕਾਸ਼ਮਾਨ ਦਸਾਂ ਪਾਤਸ਼ਾਹੀਆਂ ਦੇ ਸਰੂਪ ਤਿਨਕੇ ਪਾਠ ਦਰਸ਼ਨ ਦੀਦਾਰ ਜੀ ਦਾ ਧਿਆਨ ਕਰਕੇ ਬੋਲਣਾ ਜੀ ਸ੍ਰੀ ਸਮੂਹੀ ਸਾਧ ਸੰਗਤ ਆਪ ਜੀ ਦਾ ਭਾਂਡਾ ਮਿੱਠਾ ਮਿੱਠਾ ਕਰਕੇ ਮੰਨਣ ਦਾ ਵਿਲੋਚਨਾ ਹਜ਼ੂਰ ਜੋ ਵੀ ਗੁਰਮੁਖ ਮਾਈ ਭਾਈ ਦੂਰੋਂ ਨੇੜੇ ਚਲਦੀ ਹਾਜ਼ਰ ਹੋਇਆ ਹੈ ਸਭਨਾਂ ਦੀ ਹਾਜ਼ਰੀ ਪ੍ਰਵਾਨ ਕਰਨੀ ਸਭਨਾਂ ਨੂੰ ਆਪਦੇ ਦਰਮ ਕਰੋ ਕਿ ਸਿੱਖੀ ਜੀਵਨ ਦਾਨ ਅੱਜ ਤੁਹਾਡਾ ਹੀ ਰਥਾਂ ਅਨੁਸਾਰ ਬਣਾਇਆ ਇਸ ਸਮੇਂ ਦੇ ਸਤਿਗੁਰਾਂ ਦੀ ਪਾਵਨ ਪੁੱਤਰ ਹੋਣੀ ਅੰਦਰ ਹਾਜ਼ਰ ਹੋਏ ਜਦੋਂ ਸਾਡੇ ਵਿੱਚੋਂ ਭਾਈ ਗ੍ਰੰਥ ਸਿੰਘ ਜੀ ਪ੍ਰਲੋਕ ਕਹਿੰਦੇ ਕਰ ਗਏ ਉਹਨਾਂ ਦੀ ਅੰਤਮ ਅਰਦਾਸ ਵਿੱਚ ਆਪ ਸਤਿਗੁਰੂ ਬਣਾਏ ਭਾਈ ਸ਼ਾਮਿਲ ਹੋਏ ਸ਼ੇਖ ਫਰੀਦ ਜੀ ਨੇ ਐਸਾ ਹੀ ਸਮਾਂ ਦੱਸਿਆ ਹੋਏਗਾ ਅੱਜ ਅਸੀਂ ਸਾਰੇ ਬਹੁਤ ਹੀ ਦੁੱਖ ਦੀ ਘੜੀ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਵਰਿਆਮ ਸਿੰਘ ਜੀ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਣ ਵਾਸਤੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਇਕੱਠੇ ਹੋਏ ਹਾਂ ਗੁਰਬਾਣੀ ਦਾ ਫਰਮਾਨ ਹੈ ਮਰਨ ਲਿਖਾਏ ਮੰਡਲ ਵਿਆਏ ਇਨਸਾਨ ਇਸ ਸੰਸਾਰ ਦੇ ਵਿੱਚ ਆਉਣ ਤੋਂ ਪਹਿਲਾਂ ਆਪਣੇ ਜਾਣ ਦਾ ਸਮਾਂ ਲਿਖਾ ਕੇ ਆਉਂਦਾ ਹੈ ਜੋ ਆਇਆ ਸੋ ਚੱਲ ਸੀ ਸਭ ਕੁਝ ਆਈ ਵਾਰੀ ਹੈ ਹਰੇਕ ਇਨਸਾਨ ਨੇ ਸਤਿਕਾਰ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਸਾਜੀ ਦੁਆਰ ਸਾਹ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤਿਅੰਤ ਦੁੱਖ ਦੀ ਘੜੀ ਦੇ ਵਿੱਚ ਸਰਦਾਰ ਬਰਿਆਮ ਸਿੰਘ ਜੀ ਦੀ ਅੰਤਮ ਅਰਦਾਸ ਦੇ ਵਿੱਚ ਇਕੱਤਰ ਹੋਏ ਹਾਂ ਜਿੱਥੇ ਭਗਵਾਨ ਜੀ ਉਹ ਧਰਮ ਹੈ ਤੋ ਵਸੇ ਪੰਜ ਘਰ ਸ਼ਾਨੂ ਨੰਗੂ ਸਰਬ ਨੂੰ ਰਸਪਤ ਇੰਦਰੀ ਕਹਿਆ ਨਾ ਮਾਨਾ ਬਾਬਾ ਆਪਣਾ ਵਸੋਵੇ ਗਾਓ ਕਰੀ ਕਰੀ ਕਾ ਲੇਖਾ ਮੰਗੈ ਕਾਇਤ ਚੇਤੂ ਨਾਓ ਧਰਮ ਰਾਏ ਜਬ ਲੇਖਾ ਮੰਗੈ ਬਾਕੀ ਨਿਕਸੀ ਭਾਰੀ ਪੰਚ ਕਿਰਸ਼ਨ ਬਾ ਭਾਗ ਗਏ ਵਾਧ ਜੀ ਉਦਰਬਾਰੀ ਕਹਿਤ ਕਬੀਰ ਸੁਨੋਰੇ ਸੰਤੋ ਖੇਤ ਹੀ ਕਰੋ ਨਵੇਰਾ ਅਬ ਕੀ ਵਾਰ ਬਖਸ਼ ਬੰਦੇ ਕੋ ਅਬ ਕੀ ਵਾਰ ਬਖਸ਼ ਬੰਦੇ ਕੋ ਬਹੁਰ ਨਾ ਭਵ ਜਲ ਫੇਰਾ ਅਬ ਕੀ ਵਾਰ ਬਖਸ਼ ਬੰਦੇ ਕੋ ਬਹੁਰ ਨਾ ਭਵ ਜਲ ਫੇਰਾ
ਕਰ ਸਭ ਨਾ ਢਾਈ ਕੋਈ ਅਵਰ ਨਾ ਦੂਜਾ ਕੋਈ ਉਹਦੇ ਪੀਰ ਭਾਈ ਕਿਰਪਾ ਕੋ ਆਪ ਕਿਸ ਕਿਰਪਾ Thank you.
Yeah.
ਸਤਿ ਸਤ ਜੁਗਾਦ ਸਤ ਹੈਪੀ ਸਤ ਨਾਨਕ ਹੋ ਸੀ ਪੀ ਸਤ ਸੋਚੈ ਸੋਚ ਨਾ ਹੋ ਗਈ ਜੇ ਸੋਚੀ ਲਖਵਾਰ ਦੁਖੈ ਦੁਖ ਨਾ ਹੋ ਗਈ ਜੇ ਲਾਇ ਰਾਮ ਅਵਤਾਰ ਗੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸਿਆਣ ਪਾ ਲਖ ਹੋਇ ਕਾਇਕ ਨਾ ਚੱਲੇ ਨਾਲ ਕੈ ਬਹੁ ਸਜਿਆ ਰਾ ਹੋਈ ਹੈ ਕੈ ਕੂੜੈ ਟੁੱਟੇ ਪਾਲ ਸੁੰਦਰ ਸੁਣੋ ਸੰਤੋ ਸਭ ਜਾਗਤ ਪੈਰੀ ਪਾਏ।
ਸਮੇਂ ਆਪ ਜੀ ਦੇ ਹਜ਼ੂਰ ਭੋਗ ਲਾਓ ਸੀਸ ਪ੍ਰਸ਼ਾਦ ਸਮੂਹੀ
ਸੰਤੋਸ਼ੋ ਕਲਾ ਆਪ ਜੀ ਦੀ ਵਰਤੇ ਆਪ ਜੀ ਦੇ ਦਰ ਤੇ ਜੋ ਵੀ ਆਵੇ ਆਪ ਜੀ ਦੀ ਮਿਹਰ ਦਾ ਸਦਕਾ ਸਦਾ ਰਾਂਝੀ ਕਿਤਾਬੇ ਆਪ ਜੀ ਬਚਵਾਣੀ ਦਾ ਪ੍ਰਤਾਪ ਸਭੇ ਹੀ ਦੁੱਖਾਂ ਕਲੇਸ਼ਾਂ ਦਾ ਨਾਸ ਧੰਨ ਸ਼੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸਾਰਾ ਨਗਰ ਹੀ ਬਾਬਾ ਜੀ ਤੋਂ ਬਹੁਤ ਸਾਇਆ ਨਜ਼ਰ ਹੈ ਸ਼ਾਇਦ ਪੰਜਾਬ ਦਾ ਇੱਕੋ ਇੱਕ ਪਿੰਡ ਹੋ ਗਿਆ
ਬਾਬਾ ਗਮਸੀ ਦਾ ਵਚਨ ਕਿ ਨਾਨਕ ਸਾਹਿਬ ਦੇ ਪੂਰੀ ਉਹਦਾ ਪੰਛੀ ਲੱਗ ਜਾਏਗਾ ਉਸਦਾ ਕਲਿਆਣ ਹੋ ਜਾਏ। ਅਸੀਂ ਸਵਾਸ ਲੈਂਦੇ ਹਾਂ ਬ੍ਰਹਿਮੰਡ ਦੇ ਉੱਪਰ, ਸਵਾਸ ਛੱਡਦੇ ਹਾਂ ਬ੍ਰਹਿਮੰਡ ਦੇ ਅੰਦਰ। ਜਿਹੜੇ ਸਿਮਰ ਧਿਆਨ ਮਾਰਦੇ ਭਾਈ ਬਿਆਨ ਸਿੰਘ ਦੇ, ਇਹਦੇ ਵਜ੍ਹਾ ਤੋਂ ਜਦ ਬਚਪਨ ਸੀ ਉਦੋਂ ਤੋਂ ਉਹਨਾਂ ਨੂੰ ਬਾਬਾ ਜੀ ਦੀ ਸੇਵਾ ਕੀਤੀ। ਸਾਰਾ ਢਾਈ ਦਾ ਉਹ ਜਥਾ ਜਿਸਨੇ ਦਰਬਾਰ ਦੀ ਸੇਵਾ ਕਰਨੀ ਹੁੰਦੀ ਹੈ, ਜਥੇਦਾਰ ਸੁਰਿੰਦਰ ਸਿੰਘ ਦੇ ਨਾਲ ਜਿਸਨੇ ਅਗਵਾਈ ਹੋ ਕੇ ਦੱਸਿਆ, ਮੈਂ ਭੂਤ ਸੋਈ ਕਰ ਸੁੱਖਾ ਸੋ ਗਰਕ ਨਹੀਂ ਜਾਂਦੇ ਉਸ ਜੋ ਜੋ ਹੁਕਮ ਪਿਓ ਸਾਹਿਬ ਕਾ ਸੋ ਮਾਥੇ ਵਾਲੇ ਮਾਨਿਓ ਪਿਓ ਕਿਰਪਾਲ ਠਾਕਰ ਸੇਵ ਕੋ ਸਭਰੇ ਹੱਦ ਪ੍ਰਾਤਾ ਧਨ ਸੇਵ ਸਫਲ ਹੋ ਆਇਆ ਜੇ ਨਾਨਕ ਸਿੱਖਾ ਨਾਨਕ ਇੱਛਾ ਤੋ ਸਾਧ ਸੰਗਤ ਹੁਕਮੀ ਬੰਦੇ ਨੇ। ਇਹ ਸਮਾਂ ਨਿਸ਼ਚਿਤ ਹੈ, ਇਸ ਅੱਗੇ ਕਿਉਂ ਕਿਵੇਂ ਕਿੱਥੇ ਇਹ ਸਭ ਕੁਝ ਜੋ ਹੈ ਉਹ ਕਰਤੇ ਦੇ ਹੱਥ ਵਿੱਚ ਹੈ। ਮੇਰੇ ਹਰ ਜੀਓ ਕੀਤਾ ਕਰਨਾ ਸਰਵ ਰਜਾਈ ਕੁਛ ਕੀਤਾ ਜੇ ਕਰ ਸਕੀਐ, ਆਪਣਾ ਕੀਤਾ ਕਛੂ ਨਾ ਹੋਵੇ ਜੋ ਹਰ ਭਾਰਤ ਜੀਓ ਰੱਖੀਐ। ਮੇਰੇ ਹਰ ਜੀਓ ਸਭ ਤੋਂ ਤੇਰੇ ਬਸ ਅਸਾਂ ਜੋਰ ਨਹੀਂ ਜੇ ਕੁਛ ਕਰਾਂ ਸਕੈ ਜੋ ਭਾਵੈ ਕਿਵੇਂ ਬਖਸ਼। ਸੱਚੇ ਪਾਤਸ਼ਾਹ ਵੱਡਾ ਸੁਪਨਾ ਹੈ ਪਰਿਵਾਰ ਦੀ ਪ੍ਰਵਾਸ ਵੀ ਤੁਹਾਡੀ ਅੰਮ੍ਰਿਤ ਬਾਣੀ ਤੇ ਤੁਸੀਂ ਦੇ ਸਕਦੇ ਹੋ। ਸੰਸਾਰ ਦਾ ਪ੍ਰਵਾਸ ਬਹੁਤ ਚਿਰਾ ਤਾਂ ਹੈ, ਤੁਸੀਂ ਸਾਰੇ ਆਇਓ ਪ੍ਰਵਾਸ ਨਾਲ ਅੰਦਰ ਦੀ ਪਵਿੱਤਰ ਵਾਸਤੇ ਆਇਓ। ਇਹ ਪ੍ਰਵਾਸ ਵੀ ਜੀ ਸਕੇ ਹੈ, ਪਰ ਅੰਮ੍ਰਿਤ ਬਾਣੀ ਦਾ ਪ੍ਰਵਾਸ ਬਾਬਾ ਜੀ ਦੀ ਕੀਤੀ ਹੋਈ ਸੇਵਾ, ਸੇਵਕ ਕੋ ਸੇਵਾ ਬਣ ਆਈ ਉਸਨੇ ਉਹ ਸੇਵਾ ਕੀਤੀ। ਇਸ ਵਾਸਤੇ ਦੁਨੀਆਂ ਸੇਵ ਕਮਾਈਏ ਸਿਮਰਨ ਤੇ ਸੇਵਾ ਤੋਂ ਪੱਖ ਨੇ ਵਾਹਿਗੁਰੂ ਖਾਲਸਾ ਮਿਲਾਪ ਦੇ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ ਉਹ ਨਾਨਕ ਬਾਹਰ ਸਾਈਏ ਉਸਨੇ ਕੁੱਕਰ ਦੀ ਸੇਵਾ ਕੀਤੀ। ਸਾਧ ਸੰਗਤ ਨਾਨਕ ਪ੍ਰਭ ਅਵਰਾਸੀ ਤਾਂ ਕਿ ਸੇਵ ਨਾ ਪਿੱਛੀ ਜਾਸੀ, ਮੈਂ ਪਰਿਵਾਰ ਨੂੰ ਬੇਨਤੀ ਕਰਦਾ ਨਾਨਕ ਪ੍ਰਭ ਅਵਰਾਸੀ ਤਾਂ ਕਿ ਸੇਵ ਨਾ ਪਿੱਛੀ ਜਾਸੀ। ਅੰਤ ਦਾਸਾ ਦੇ ਪੁੱਤ ਹੋਈ ਆਸਾ ਚਲੇ ਸਭ ਨੇ ਸੰਸਾਰ ਤੋਂ ਜਾਣੇ ਚਲੇ, ਅਗਰ ਸਿਕੰਦਰ ਵੀ ਗਿਆ 32 ਸਾਲ ਦਾ ਸੀ ਅੱਧੀ ਦੁਨੀਆਂ ਚੱਕ ਕੇ ਕੋਈ ਵੈਦ ਹਕੀਮ ਨੂੰ ਬਚਾ ਨਾ ਸਕੇ। ਕਿਸੇ ਸਿਆਣੇ ਦੱਸਿਆ ਵੀ ਅੰਮ੍ਰਿਤਪੁਰ ਹੈ, ਸਿਕੰਦਰ ਤੂੰ ਉਸ ਅੰਮ੍ਰਿਤਪੁਰ ਤੇ ਚਲਿਆ ਜਾਏ ਤੇ ਅੰਮ੍ਰਿਤ ਪੀ ਲੈ ਅਮਰ ਹੋ ਜਾਏਗਾ, ਤੂੰ ਮਰੇਗਾ ਨਹੀਂ ਤੇਰਾ ਜੀਵਨ ਬਚ ਜਾਏਗਾ। ਸਾਧ ਸਿੰਘ ਅੰਮ੍ਰਿਤਪੁਰ ਤੇ ਚਲਿਆ ਗਿਆ, ਸਿਕੰਦਰ ਅੰਮ੍ਰਿਤਪੁਰ ਤੇ ਚਲਿਆ ਗਿਆ, ਜਾ ਕੇ ਤਾਲ ਮਹਾਬਲੀ ਹੈ, ਤਾਲ ਪਾਏ ਬ੍ਰਹਮਾ ਬਪਤਰਾ, ਤਾਲ ਪਾਏ ਸਿਰਜੂ ਬਪਤਰਾ, ਤਾਲ ਪਾਏ ਕਰ ਕ੍ਰਿਸ਼ਨ ਪ੍ਰਕਾਸ਼ਾ, ਸਗਲ ਕਾਲ ਦਾ ਕੀਆ ਤਮਾਸ਼ਾ, ਕਾਲ ਮਹਾਬਲੀ ਹੈ। ਅੰਮ੍ਰਿਤਪੁਰ ਤੇ ਜਾ ਕੇ ਸਿਕੰਦਰ ਨੇ ਹੁਕ ਭਰ ਲਿਆ ਕਬਟ ਦਾ, ਤਾਲ ਦੇ ਸਾਹਮਣੇ ਦੂਜੇ ਪਾਸੇ ਉਸ ਅੰਮ੍ਰਿਤਪੁਰ ਦੇ ਰੂਪ ਸ਼ਕਲ ਧਾਰ ਕੇ ਸਾਰਾ ਸਰੀਰ ਫਟਿਆ ਗਲੀਆਂ ਨਾਲ ਪਸ ਜਾਂਦੀ ਹੈ। ਕਹਿਣ ਲੱਗਿਆ ਉਹ ਹੁਕ ਭਰਨ ਵਾਲੇ ਮੇਰੇ ਵੱਲ ਦੇ, ਸਿਕੰਦਰ ਜਾ ਗਿਆ ਕਹਿਣ ਲੱਗਿਆ ਮੈਂ ਵੀ ਆਹੀ ਪਾਣੀ ਪੀਤਾ ਸੀ, ਮੇਰਾ ਇਹ ਹਾਲ ਹੋਇਆ ਸੀ। ਸਿਕੰਦਰ ਦੇ ਹੱਥ ਖੁੱਲ ਗਏ, ਅੰਮ੍ਰਿਤ ਪਾਣੀ ਉਹਨਾਂ ਦਾ ਜ਼ਿਕਰ ਹੈ, ਕਰਮ ਹੈ ਅੰਮ੍ਰਿਤ ਆਣ ਨਿਸਾਰਿਓ, ਹੁਕ ਭਰ ਲਿਆ ਸਿਕੰਦਰ ਨੇ, ਕਰਮ ਹੈ ਅੰਮ੍ਰਿਤ ਆਣ ਨਿਸਾਰਿਓ, ਹੁਕ ਖੋਲ ਦਿੱਤਾ ਖਿਸਰ ਗਏ ਮੂੰਹ ਪਰ ਕਰੋ। 32 ਸਾਲ ਦਾ ਸਿਕੰਦਰ ਅੱਧੀ ਦੁਨੀਆ ਦਾ ਜੇਤੂ ਇਸ ਦੁਨੀਆ ਤੋਂ ਚਲਿਆ। ਸਮਾਂ ਐਸਾ ਵਧੀ ਹੈ ਉਹ ਆਏ ਸਮੇਂ ਨਾਲ ਹਰ ਇੱਕ ਨੇ ਚਲੇ ਜਾਣੇ, ਉਹ ਗੁਰੂ ਸੇਵਾ ਕਰਕੇ ਗਿਆ ਸਫਲ ਜੀਵਨ। ਬਾਬਾ ਜੀ ਨੇ ਹੁਕਮਨਾਮਾ, ਬਾਬਾ ਜੀ ਦੀ ਇਸ ਮਤ ਹੈ, ਤਖਤ ਸ਼੍ਰੀ ਗੁਰੂ ਬਾਬਾ ਮੀਆਂ ਸਿੰਘ ਜੀ ਮਹਾਰਾਜ ਉਹ ਫਰਮਾਇਆ ਕਰਦੇ ਸਿਰ ਭਾਈ ਸੰਗਤ ਦੀ ਅਰਦਾਸ, ਫਿਰ ਸਤਿਗੁਰਾਂ ਦਾ ਹੁਕਮਨਾਮਾ ਸਰਵਣ ਕਰੋ। ਸਤਿਗੁਰੂ ਨੇ ਕੀ ਅਸ਼ੀਸ਼ ਦਿੱਤੀ, ਸਤਿਗੁਰਾਂ ਨੇ ਬਖਸ਼ੀਸ਼ ਦਿੱਤੀ ਹੈ, ਹਮ ਭੀਖ ਉੱਤੇ ਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਿਆਲ ਨਾਮ ਪਿਓ ਮੰਗਤ ਜਨ ਕੋ ਸਦਾ ਰਹੋ ਨਗਰਾਤਾ, ਹੋ ਬਿਹਾਰੇ ਜਾਮ ਸਾਚੇ ਤੇਰੇ ਨਾਮ ਵੇਖੋ, ਕਰਨ ਕਾਰਨ ਸਭਨਾ ਕਹੇ ਕੋ ਅਪਨਾ ਦੂਜਾ ਕੋਈ, ਬਹੁਤੇ ਫਿਰ ਭਏ ਕਿਰਪਨ ਕੋ, ਅਬ ਕੁਛ ਕਿਰਪਾ ਕੀ ਜਾਏ, ਹੋ ਦਿਆਲ ਦਰਸ਼ਨ ਦਿਓ ਆਪਣਾ, ਐਸੀ ਬਖਸ਼ ਕਰੀ ਜਾਏ, ਭਰਤ ਨਾਨਕ ਭਰੂਕਟ ਖੁੱਲੇ ਗੁਰ ਪ੍ਰਸਾਦੀ ਜਾਣਿਆ, ਸਾਚੀ ਜਿਮ ਲਾ ਗਈ ਹੈ ਪਵਿੱਤਰ, ਸਤਿਗੁਰ ਸੁਮਨ ਮਾਨੇ। ਭਾਈ ਬਿਆਨ ਸਿੰਘ ਦੀ ਪਿਛਲੀ ਆਤਮਾ ਨੂੰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਸੀਸ ਦਿੱਤੀ ਹੈ, ਸਤਸੰਗ ਦੀ ਝੋਲੀ ਪਾਈ ਹੈ। ਤੁਸੀਂ ਸਾਰੀ ਸੰਗਤ ਪਿਆਰ ਵਾਲੀ ਏਡੀ ਵੱਡੀ ਇਕੱਤਰਤਾ ਵਿੱਚ ਉਸ ਗੁਰੂ ਪਿਆਰੇ ਦੀ ਅੰਤਮ ਅਰਦਾਸ ਵਿੱਚ ਸ਼ਰਧਾ ਦੇ ਗੁਰ ਭੇਟ ਕਰਨ ਪਹੁੰਚੇ ਹੋ, ਰਾਸੀ ਪਾਰਟੀਆਂ ਨਾਲ ਸੰਬੰਧਿਤ ਸੱਜਣ ਵੀ ਨਹੀਂ, ਪਿਆਰ ਨਾਲ, ਪਿਆਰ ਨਾਲ ਭਾਈ ਗੁਰਦੇਵ ਸਿੰਘ ਲਾਪਰ ਆਏ ਨੇ, ਭਾਈ ਮਨਪ੍ਰੀਤ ਸਿੰਘ ਯਾਰੀ ਸਿੰਘ ਵਿੱਚ ਬੈਠੇ ਨੇ। ਮੈਂ ਪਹਿਲਾਂ ਭਾਈ ਮਨਪ੍ਰੀਤ ਸਿੰਘ ਯਾਰੀ ਨੂੰ ਬੇਨਤੀ ਕਰਾਂਗਾ, ਐਕਸ਼ਨ ਕਰਦੇ ਪਰਿਵਾਰ ਦੇ ਨਾਲ ਮਿੱਤਰਤਾਈ ਅਤੇ ਬੇਹੱਦ ਸੁਨੇਹ ਹੈ, ਆ ਕੇ ਪਿਛਲੀ ਆਤਮਾ ਨੂੰ ਸ਼ਰਧਾ ਦੇ ਗੁਰ ਭੇਟ ਕਰਨਗੇ।
ਉਹਨਾਂ ਤੋਂ ਬਾਅਦ ਭਾਈ ਗੁਰਦੇਵ ਸਿੰਘ ਜੀ ਸ਼ਰਧਾ ਦੇ ਫੁੱਲ ਭੇਟ ਕਰਨਗੇ, ਭਾਈ ਮਨਪ੍ਰੀਤ ਸਿੰਘ ਵਾਲੀ ਸਾਹਿਬ ਗਿਆਨ ਸਿੰਘ ਜੀ ਸ਼ਰਧਾ ਦੇ ਫੁੱਲ ਭੇਟ ਕਰਨਗੇ। ਅੱਜ ਅਸੀਂ ਸਾਰੇ ਬਹੁਤ ਹੀ ਦੁੱਖ ਦੀ ਘੜੀ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਵਰਿਆਮ ਸਿੰਘ ਜੀ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਣ ਵਾਸਤੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਇਕੱਠੇ ਹੋਏ ਹਾਂ। ਇਹਨਾਂ ਦਾ ਪਰਿਵਾਰ ਨੂੰ ਬੜਾ ਸਨੇਹ ਹੈ, ਸਾਧ ਸੰਗਤ ਤੇ ਕੇਵਲ ਰਾਜਨੀਤਿਕ ਨਹੀਂ ਗੁਰਦੇਵ ਸਿੰਘ ਰਾਜਪੁਰਜੀ ਸੰਗਤ ਦੀ ਜਾਣਕਾਰੀ ਵਾਸਤੇ ਮੈਂ ਬੇਨਤੀ ਕਰਾਂ, ਪਰਮ ਪੂਜਨੀ ਸ਼੍ਰੀ ਹਜ਼ੂਰ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਉੱਥੋਂ ਦੇ ਟਰੱਸਟੀ ਸਿੰਘਾਂ ਵਿੱਚੋਂ ਇੱਕ ਟਰੱਸਟੀ ਵੀ ਨੇ ਜਿੱਥੇ ਇਹ ਸੇਵਾ ਉਹਨਾਂ ਨੂੰ ਸੰਗਤ ਨੇ ਦਿੱਤੀ ਹੋਈ ਹੈ। ਜ਼ਿਲ੍ਹਾ ਕਾਂਗਰਸ ਕਮੇਟੀ ਦੇ ਹੱਥ ਦੇ ਪ੍ਰਧਾਨ ਉਹ ਇਸ ਪਰਿਵਾਰ ਦੇ ਨਾਲ ਵਿਛੜੀ ਆਤਮਾ ਸਾਹਿਬ ਵਰਿਆਮ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕਰਨਗੇ ਔਰ ਆਈ ਸੰਗਤ ਔਰ ਪਰਿਵਾਰ ਦਾ ਧੰਨਵਾਦ ਵੀ ਕਰਨਗੇ। ਸਾਹਿਬ ਗੁਰਦੇਵ ਸਿੰਘ ਜੀ ਦਾ ਸਤਿਕਾਰ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿਸਾਖੀ ਦਿਵਸ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤਿਅੰਤ ਦੁੱਖ ਦੀ ਘੜੀ ਦੇ ਵਿੱਚ ਸਰਦਾਰ ਵਰਿਆਮ ਸਿੰਘ ਜੀ ਦੀ ਅੰਤਮ ਅਰਦਾਸ ਦੇ ਵਿੱਚ ਇਕੱਤਰ ਹੋਏ ਹਾਂ।